ਇਹ ਜੀ ਉਦਿਆਲ ਕੈਪ ਠੀਕ ਹੈ ਬਸ ਇਹ ਪੂਰੀ ਹੋਏ ਪਹਿਲਾਂ ਪੱਕ ਸ਼ਾਇਦ ਉਹਦੇ ਵੀਡੀਓ ਵਧੀਆ ਨਹੀਂ ਬਣੀ ਸੀ ਅੱਜ ਮੈਂ ਸੁਣਦੇ ਵੀ ਦੱਸ ਦਿੰਦੀ ਹਾਂ ਇਹ ਦੋ ਚੱਕਲੇ ਇਹ ਸਿੰਗਲ ਇਹਦੇ ਉੱਤੋਂ ਨਹੀਂ ਬੈਠਦੇ ਇਹ ਆਪਾਂ ਨੇ 6 ਗੱਠਾਂ ਦਾ ਕਰਨਾ ਤੇ ਲਗਭਗ ਹੋ ਹੀ ਪਿਆ ਬਸ ਫਿਰ ਉਹਦੇ ਬਾਅਦ ਤੁਹਾਨੂੰ ਕੈਪ ਦੱਸਾਂਗੇ ਚਲੋ ਹੁਣ ਚਲੋ ਆਪਣਾ ਕੈਪ ਬਣ ਕੇ ਤਿਆਰ ਹੋ ਗਈ ਮਫਲਰ ਇਸ ਤਰ੍ਹਾਂ ਦੀ ਬੁਣਤੀ ਬਹੁਤ ਜ਼ਿਆਦਾ ਲੱਗਦੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਇਹ ਹੋ ਗਿਆ ਆਪਣਾ ਬਹੁਤ ਜ਼ਿਆਦਾ ਲੰਬਾ ਇਹ ਹੋ ਗਿਆ 6 ਗੱਠਾਂ ਦਾ ਠੀਕ ਹੈ ਆਪਾਂ ਨੇ ਟੋਪੀ ਵੀ ਬਣਾ ਰੱਖੀ ਹੈ ਆਹ ਸੀ ਟੋਪੀ ਟੋਪੀ ਦੇ ਲਾਏ ਸੀ 60 ਜੋੜ 60 ਜੋੜ ਲਾ ਕੇ ਉਸੇ ਤਰ੍ਹਾਂ ਹੀ ਬੁਣੀ ਗਈ ਉਹੀ ਡਿਜ਼ਾਇਨ ਪਾਏਗਾ ਇੱਥੇ ਇੱਧਰ ਆਪਣਾ ਮਤਲਬ ਆਪਾਂ ਗਿੱਠਕ ਕਰ ਲਓ ਜੀ 5-6 ਇੰਚ ਦੀ ਲੰਬਾਈ ਜਿੰਨਾ ਕੁ ਸਿਰ ਹੁੰਦਾ ਬਸ ਉੰਨੀ ਕੁ ਤਿਆਰ ਹੁੰਦੀ ਹੈ ਇੱਥੇ ਆ ਕੇ ਘਟਾਏ ਨੇ ਇੱਕ ਦੇ ਵਿੱਚ ਦੀ 2-2 3-3 4-4 ਕਰਕੇ ਇੱਕੋ ਇੱਕ ਤਰ੍ਹਾਂ ਘਟਾ ਤੇ ਇਹ ਹੁਣ ਤੁਹਾਨੂੰ ਜੜਨਾ ਦੱਸ ਦੇਣਾ ਕਿਸ ਤਰ੍ਹਾਂ ਟੋਪੀ ਤਾਂ ਆਪਾਂ ਹਰ ਇੱਕ ਬਣਾ ਲੈਂਦੇ ਨਾ ਉਹੀ ਟੋਪੀ ਜੀ ਉਸ ਤਰ੍ਹਾਂ ਦੀ ਜਿਵੇਂ ਆਪਾਂ ਬੱਚਿਆਂ ਦੀ ਬਣਾ ਦਿੰਦੇ ਬਸ ਹੁਣ ਦੋਨੋਂ ਬਸ ਇੱਕੋ ਹੀ ਤਰ੍ਹਾਂ ਦੇ ਹੋ ਜਾਂਦੇ ਨੇ ਬਸ ਇੱਥੋਂ ਐਂ ਲੱਗਦਾ ਜੀ ਬਸ ਥੋੜ੍ਹਾ ਜਿਹਾ ਪੁੱਠੇ ਹੁਣ ਤੁਹਾਨੂੰ ਦੱਸਦੇ ਇਹਨੂੰ ਜੜਨਾ ਕੱਟੋ ਆਪਾਂ ਇੱਥੋਂ ਸਿਆਉਣ ਲੱਗ ਜਾਂਦੇ ਨਹੀਂ ਤਾਂ ਗਲੀ ਬੰਦ ਹੋ ਜਾਊਗੀ ਆਪਣੀ ਜੇ ਆਪਾਂ ਕੁੰਡੇ ਬੰਦ ਕਰਦੇ ਆਹ ਗਲੀ ਸੀ ਨਾ ਇਹਨੂੰ ਆਪਾਂ 4 ਕੁ ਉਂਗਲਾਂ ਸਿਵਾਂਗੇ ਬਾਕੀ ਮਫਲਰ ਨਾਲ ਲੱਗ ਜਾਊ ਇਸ ਤਰ੍ਹਾਂ ਕਰਕੇ ਤੇ ਲੈਤਾ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗਦਾ ਸੌ ਲੈਣ ਦੀ ਲੋੜ ਹੀ ਨਹੀਂ ਲੈ ਲਓ ਨਾ ਗੱਲ ਹੋ ਕੇ ਜਾਂਦਾ ਨਾ ਸਿਰ ਲੋਕ ਜਾਂਦਾ ਮੌਜ ਨਾਲ ਕੰਮ ਆਉਣ ਜਾਂਦੇ ਸਾਰੇ ਦੇਖੋ ਜੀ ਆਪਾਂ ਇੰਨੀ ਕੁ ਸਿਉਂਦੀ ਉਦੋਂ ਬਾਅਦ ਮਫਲਰ ਦਾ ਪੱਧ ਕਰ ਲਾਂਗੇ ਲਓ ਇਹ ਆਪਾਂ ਨੇ ਮਫਲਰ ਦਾ ਅੱਧ ਬਣਾ ਲਿਆ ਅਤੇ ਉਸ ਤੋਂ ਬਾਅਦ ਇੰਨਾ ਇੱਧਰ ਸਿਉਂਤਾ ਗਿਆ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਜੜ ਦਾਂਗੇ ਨਾਲ ਇਹ ਮੈਂ ਸਿੱਧਾ ਸਿੱਧਾ ਤਾਂ ਸਿਉਂ ਰਹੀ ਹਾਂ ਕਿਉਂਕਿ ਜ਼ਿਆਦਾ ਟਾਈਮ ਲੱਗਦਾ ਵੀਡੀਓ ਜ਼ਿਆਦਾ ਲੰਬੀ ਹੋ ਜੂ ਬਾਅਦ ਦੇ ਵਿੱਚ ਜਿਸ ਤਰ੍ਹਾਂ ਮੈਂ ਸਿਉਂ ਉਸ 'ਤੇ ਸਿਉਂਤਾ ਜਾਊਗਾ ਬਰੀਕ ਤੋਪੇ ਦਾ ਪੁੱਛ ਵੀ ਸਕਦੇ ਜੇ ਤੁਸੀਂ ਨਹੀਂ ਪੁੱਛਣਾ ਵੀ ਕੁਛ ਤੁਸੀਂ ਤਾਂ ਕਮੈਂਟ ਹੀ ਨਹੀਂ ਕਰਦੇ ਕਰਿਆ ਕਰੋ ਦੱਸਿਆ ਕਰੋ ਗਲਤੀ ਵੀ ਹੁੰਦੀ ਹੈ ਕਿਤੇ ਲਓ ਜੀ ਆਪਣੀ ਸਿਉਂ ਤਾਂ ਵੀ ਸਰ ਹੁਣ ਦੂਸਰੇ ਪਾਸੇ ਜਾਂਦੇ
ਹੈ ਵੀ ਆਪਣੀ ਦੂਸਰੀ ਸਾਈਡ। ਤੁਸੀਂ ਦੇਖ ਤਾਂ ਬਹੁਤ ਰਹੇ ਹੋ, ਬਹੁਤ ਪਤਾ ਲੱਗਦਾ ਵਿਊ ਤੋਂ ਵੀ ਬਹੁਤ ਦੇਖ ਰਹੇ ਨੇ। ਦੱਸੋ ਨਾ ਵੀ ਪਸੰਦ ਆ ਰਿਹਾ ਸਾਨੂੰ, ਹੌਸਲਾ ਮਿਲਦਾ। ਲੈ ਜੀ ਆਪਾਂ ਧੋਪੇ ਦੇ ਨਾਲ ਧੁੱਪ, ਕਾਲੀ ਨਾ ਕਾਲਾ, ਇਸ ਤਰ੍ਹਾਂ ਜੜਦੇ ਦੇਣ। ਤੁਸੀਂ ਵੀ ਲੈ ਕੇ ਦੇਖੋ ਬਣਾ ਕੇ, ਮੈਨੂੰ ਤਾਂ ਬਹੁਤ ਵਧੀਆ ਲੱਗਦਾ। ਲੈਤੇ ਹੋਏ ਨੇ ਸਾਡੇ ਹੋਰ ਵੀ ਪਰਿਵਾਰ 'ਚ, ਮੌਜਾਂ ਨਾਲ ਕੰਮ ਕਰਦੇ ਨੇ ਲੈ ਕੇ ਇਹਨੂੰ। ਬਸ ਮਿਹਨਤ ਥੋੜ੍ਹੀ ਜਿਹੀ ਟਾਈਮ ਹੀ ਲੱਗਦਾ, ਹੋਰ ਤਾਂ ਕੁਛ ਨਹੀਂ। ਆਪਣੇ ਹੱਥ ਦੀ ਚੀਜ਼ ਹੋ ਜਾਂਦੀ ਹੈ, ਵੈਸੇ ਅੱਜ ਦਿਨ ਵਧੀਆ ਲੰਘ ਜਾਂਦੇ ਨੇ ਰਜਾਈਆਂ 'ਚ ਬਹਿ ਕੇ, ਹੋ ਜਾਣਾ ਬਹੁਤ। ਹੋਰ ਵੀ ਡਿਜ਼ਾਇਨ ਦਿਖਾਵਾਂਗੇ ਸੋਨ, ਵਧੀਆ ਵਧੀਆ ਕੋਟੀਆਂ ਦੇ ਦੱਸ ਦਿਆ ਤੂੰ। ਆਪਾਂ ਧਾਗਾ ਫੇਰ ਕੱਟਾਂਗੇ, ਲੈ ਤੁਸੀਂ ਹੁਣ ਦੇਖ ਲਓ ਇਹ ਬਣ ਗਿਆ। ਲੈ ਮੈਂ ਆਪਣੇ ਗੋਡੇ 'ਤੇ ਲੈ ਕੇ ਦਿਖਾ ਦਿੰਦਾ ਸਭ, ਇਸ ਤਰ੍ਹਾਂ ਬਣ ਗਿਆ। ਇਹ ਤਾਂ ਬੁੱਕਲ ਵੱਜੂ, ਜਿਵੇਂ ਮਰਜ਼ੀ ਮਾਰ ਲਓ। ਬਹੁਤ ਜ਼ਿਆਦਾ ਸੋਹਣਾ, ਬਹੁਤ ਜ਼ਿਆਦਾ। ਅਸੀਂ ਰੱਖ ਲਓ ਜੇ ਸਾਹਮਣੇ। ਓਕੇ, ਥੈਂਕ ਯੂ।